ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕੁਮ। ਤੇ ਕੀ ਹਾਲ ਚਾਲ ਹੈ? ਅੱਲਾ ਪਾਕ ਦਾ ਲੱਖ ਲੱਖ ਕਰੋੜ ਦਫ਼ਾ ਸ਼ੁਕਰ ਅਦਾ ਕਰਦੇ, ਅਸੀਂ ਸਭ ਵਧੀਆ ਵਾ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਵਧੀਆ ਹੋਵੋਗੇ। ਤੇ ਅੱਜ ਦਾ ਜਿਹੜਾ ਵਲੋਗ ਆ ਨਾ ਮੇਰਾ, ਤੇ ਉਹ ਆ ਕਰੇਲੇ ਭਰ ਕੇ। ਆਪਾਂ ਕੱਟ ਕੇ ਵੀ ਕਰੇਲੇ ਖਾਂਦੇ ਹਾਂ, ਗੋਸ਼ਤ ਕਰੇਲੇ ਪਕਾ ਲੈਂਦੇ ਹਾਂ, ਲੇਕਿਨ ਅੱਜ ਭਰ ਕੇ ਕਰੇਲੇ ਖਾਣ ਨੂੰ ਦਿਲ ਕਰਦਾ ਸੀ, ਤੇ ਮੈਂ ਕਿਹਾ ਚਲੋ ਭਰ ਕੇ ਕਰੇਲੇ ਬਣਾਉਂਦੇ ਹਾਂ। ਤੇ ਫਿਰ ਚਲੋ ਕੰਮ ਸਟਾਰਟ ਕਰਦੇ ਹਾਂ ਆਪਣਾ। ਆਪਾਂ ਇਹਨਾਂ ਨੂੰ ਛਿੱਲ ਲੈਂਦੇ ਹਾਂ ਨਾ ਸਾਰੇ ਕਰੇਲਿਆਂ ਨੂੰ, ਤੇ ਫਿਰ ਅਗਲਾ ਸਟੈਪ ਤੁਹਾਨੂੰ ਦੱਸਾਂਗੇ। ਐਡੇ ਮੁਸ਼ਕਲ ਨਹੀਂ ਹੈਗੇ ਭਰ ਕੇ ਕਰੇਲੇ ਪਕਾਉਣੇ। ਆ ਜਿਸ ਤਰ੍ਹਾਂ ਹੁਣ ਮੈਂ ਕਰੇਲਾ ਖਾਲੀ ਕਰ ਲਿਆ ਨਾ, ਵੀ ਸਾਰੇ ਕੱਢ ਲਏ, ਤੇ ਆਪਾਂ ਇਹ ਚ ਮਸਾਲਾ ਹੀ ਭਰ ਕੇ, ਜਿੱਦਾਂ ਵੱਡੇ ਪ੍ਰੈਸ਼ਰ ਨੂੰ ਟਾਂਕੇ ਲੱਗਦੇ ਆ ਨਾ, ਏਦਾਂ ਆਪਾਂ ਇਹਨੂੰ ਟਾਂਕੇ ਲਾ ਦੇਣੇ ਆ। ਸਮਝੋ ਕਰੇਲੇ ਭਰ ਗਏ। ਚਿਕਨ ਨੂੰ ਆਪਾਂ ਨਾ ਰੱਖ ਦਿੰਦੇ ਆ ਉੱਪਰ ਬੋਇਲ ਕਰਨ ਵਾਸਤੇ, ਕਿਉਂਕਿ ਤੇ ਬੋਇਲ ਹੋ ਜਾਊਗਾ ਨਾ, ਫਿਰ ਰੇਸ਼ਾ ਰੇਸ਼ਾ ਜਿਹਾ ਕਰਕੇ ਮਸਾਲੇ ਦੇ ਵਿੱਚ ਪਾ। ਫਰਿੱਜ ਦੇ ਵਿੱਚ ਪਿਆ ਸੀ। ਚਲੋ ਹੁਣ ਆਪਾਂ ਬਣਾਉਂਦੇ ਹਾਂ ਜੰਨਤ ਕਰੇਲੇ। ਇਸ ਤਰ੍ਹਾਂ ਆਪਾਂ ਛਿਲਕਾ ਲਾ ਲੈਣਾ, ਇਹਨੂੰ ਸਾਫ ਕਰ ਲੈਣਾ। ਕਰੇਲੇ ਸਾਫ ਕਰ ਲਏ ਆ, ਆ ਦੇਖੋ ਸਾਰੇ ਮਾਸ਼ਾਅੱਲਾ ਕਿੰਨੇ ਸੋਹਣੇ ਲੱਗਣ ਦੇ। ਕਰੇਲੇ ਸਾਫ ਕਰ ਲਏ, ਹੁਣ ਆਪਾਂ ਪਿਆਜ਼ ਕੱਟ ਲਈਏ। ਬਰੀਕ ਬਰੀਕ ਪਿਆਜ਼ ਕੱਟਣਾ ਆਪਾਂ। ਪਿਆਜ਼ ਆਪਾਂ ਕੱਟ ਲਿਆ ਵਾ, ਤੇ ਆਪਾਂ ਚਿਕਨ ਚਿਕਨ ਆ ਚਿਕਨ ਬੋਇਲ ਕੀਤਾ ਵਾ, ਤੇ ਇਹਦੇ ਛੋਟੇ ਛੋਟੇ ਟੁਕੜੇ ਕਰ ਲੈਣੇ ਆ। ਹੱਥ ਨਾਲ ਨਾ ਆਦਤ ਪਈ ਹੋਈ ਆ ਕੰਮ ਕਰਨ ਦੀ, ਮਤਲਬ ਛੁਰੀ ਦੇ ਨਾਲ ਨਹੀਂ ਦਿਲ ਕਰਦਾ ਕਰਨ ਨੂੰ, ਹੱਥ ਨਾਲ ਬੰਦਾ ਈਜ਼ੀ ਜੀ ਫੀਲ ਕਰਦਾ ਵਾ। ਇਹ ਸਾਡੀ ਅੱਜ ਸ਼ਾਮ ਦੀ ਰੁਟੀਨ ਆ, ਤੇ ਅੱਜ ਅਸੀਂ ਸ਼ਾਮ ਦੀ ਰੁਟੀਨ ਚ ਕਰੇਲੇ ਭਰ ਕੇ ਪਕਾਵਾਂਗੇ, ਤੇ ਮਜ਼ੇ ਮਜ਼ੇ ਨਾਲ ਖਾਵਾਂਗੇ। ਜਿਹਨੇ ਜਿਹਨੇ ਖਾਣੇ ਸਾਡੇ ਘਰ ਆ ਸਕਦਾ ਵਾ, ਤੇ ਕੋਈ ਮਸਲਾ ਨਹੀਂ, ਸਾਡੀ ਸ਼ਾਮ ਦੀ ਰੁਟੀਨ ਚ ਸ਼ਾਮਿਲ ਹੋ ਸਕਦਾ ਵਾ। ਤੇ ਸੁਬਹਾ ਦੀ ਥੱਕੀ ਹੋਈ ਸੀ, ਕੱਪੜੇ ਧੋਤੇ ਅੱਜ, ਅੱਜ ਇੰਨਾ ਜ਼ਿਆਦਾ ਕੰਮ ਕੀਤਾ, ਪਹਿਲੇ ਬੱਕਰੇ ਵਾਲੀ ਜਗ੍ਹਾ ਸਾਫ ਕੀਤੀ, ਫਿਰ ਵਾਸ਼ਿੰਗ ਮਸ਼ੀਨ ਲਾ ਲਈ, ਕੱਪੜੇ ਧੋਤੇ, ਫਿਰ ਬਰਤਨ ਧੋਤੇ, ਤੇ ਹੁਣ ਜੀ ਬੱਚੇ ਕਹਿੰਦੇ ਕਰੇਲੇ ਖਾਣੇ ਆ, ਹੁਣ ਮੈਂ ਕਰੇਲਿਆਂ ਵੱਲ ਹੋ ਗਈ। ਤੇ ਤੁਹਾਨੂੰ ਪਤਾ ਮੈਂ ਵੀ ਇਨਸਾਨ ਆ, ਥਕਾਵਟ ਤੇ ਹੁੰਦੀ ਆ, ਹੁਣ ਮੇਰੀ ਇੰਨੀ ਜ਼ਿਆਦਾ ਤਬੀਅਤ ਖਰਾਬ ਹੋਣ ਡਈ ਆ, ਕਿਉਂਕਿ ਅੱਜ ਬਹੁਤ ਥੱਕ ਚੁੱਕੀ ਆ। ਤੇ ਫਿਰ ਹੱਥ ਤੇ ਛੁਰੀ ਲੱਗ ਗਈ, ਉਹ ਇੰਨਾ ਜ਼ਿਆਦਾ ਅੰਗੂਠਾ ਦਰਦ ਕਰਨ ਡਿਆ ਵਾ। ਕੱਲ ਵਾਲੀ ਵੀਡੀਓ 'ਚ ਜਿਹੜਾ ਸੀ ਸ਼ਰਬਤ ਬਣਾਇਆ, ਤੁਹਾਨੂੰ ਕੈਸਾ ਲੱਗਿਆ ਕਮੈਂਟ ਕਰਕੇ ਲਾਜ਼ਮੀ ਦੱਸਿਓ, ਤੇ ਕੁਆਰੇ ਵੀ ਪੀ ਸਕਦੇ ਆ, ਵਿਆਹੇ ਵੀ ਪੀ ਸਕਦੇ ਆ, ਜਿਹੜਾ ਮਰਜ਼ੀ ਪੀ ਲਵੇ। ਇਹ ਗੱਲ ਮੈਂ ਤਾਂ ਕਹੀ ਆ, ਗਾੜਾ ਜੋ ਬਣਾਇਆ ਤੁਹਾਨੂੰ ਪਤਾ ਹੀ ਆ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਈਆਂ। ਮੁੱਠ ਰੱਖਣੀ ਹੈ, ਕਿਸੇ ਨੂੰ ਦੱਸਣਾ ਨਹੀਂ। ਤੇ ਅੱਜ ਮੈਂ ਜਾਣਾ ਸੀ ਆਪਣੇ ਅੱਬੂ ਜੀ ਦਾ ਵੀ ਪਤਾ ਲੈਣ, ਅੱਬੂ ਜੀ ਦੀ ਕਾਫੀ ਜ਼ਿਆਦਾ ਤਬੀਅਤ ਖਰਾਬ ਸੀ। ਤੇ ਤੁਹਾਨੂੰ ਪਤਾ ਇਤਵਾਰ ਵਾਲੇ ਦਿਨ ਮਦਰ ਡੇ ਵੀ ਸੀ, ਕਿੰਨੇ ਕਿੰਨੇ ਆਪਣੀ ਅੰਮੀ ਨੂੰ ਵਿਸ਼ ਕੀਤਾ, ਆਪਣੀ ਅੰਮੀ ਨੂੰ ਗਿਫਟ ਦਿੱਤੇ ਮਦਰ ਡੇ। ਮੇਰੀ ਤੇ ਅੰਮੀ ਹੈ ਨਹੀਂ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਤੇ ਜਿਨ੍ਹਾਂ ਜਿਨ੍ਹਾਂ ਦੀਆਂ ਮਾਵਾਂ ਹੈਗੀਆਂ ਉਹਨਾਂ ਨੇ ਗਿਫਟ ਦਿੱਤੇ ਹੋਣਗੇ, ਤੇ ਪਿਆਰ ਮੁਹੱਬਤ ਕੀ। ਮਾਂ ਦਾ ਤਾਂ ਦਿਨ ਹਰ ਰੋਜ਼ ਹੀ ਹੁੰਦਾ, ਲੇਕਿਨ ਇੱਕ ਸਪੈਸ਼ਲ ਦਿਨ ਹੁੰਦਾ ਵਾ ਜਿਹੜਾ ਮਦਰ ਡੇ ਆ, ਤੇ ਕਿੰਨੇ ਕਿੰਨੇ ਮਨਾਇਆ ਕਮੈਂਟ ਕਰਕੇ ਲਾਜ਼ਮੀ ਦੱਸਿਓ। ਸਾਡੀ ਜਦੋਂ ਅੰਮੀ ਹੁੰਦੀ ਸੀ ਅਸੀਂ ਵੀ ਮਨਾਉਂਦੇ ਸੀ, ਹੁਣ ਚਲੋ ਅੱਲਾ ਪਾਕ ਉਹਨਾਂ ਨੂੰ ਜੰਨਤ ਨਸੀਬ ਕਰੇ, ਆਮੀਨ। ਤੁਸੀਂ ਵੀ ਦੁਆ ਕਰੋ ਤੇ ਅੱਲਾ ਤਾਲਾ ਉਹਨਾਂ ਨੂੰ ਜੰਨਤਾਂ ਦੇ ਬਾਗ 'ਚ ਇੱਕ ਬਾਗ ਉਹਨਾਂ ਦਾ ਵੀ ਬਣਾਵੇ, ਆਮੀਨ। ਤੇ ਤੁਸੀਂ ਵੀ ਆਪਣੀ ਅੰਮੀਆਂ ਨੂੰ ਖੁਸ਼ ਰੱਖਿਆ ਕਰੋ, ਹਰ ਰੋਜ਼ ਹੀ ਮਦਰ ਡੇ ਮਨਾਇਆ ਕਰੋ। ਅੱਜ ਤੁਹਾਨੂੰ ਪਤਾ ਮੈਂ ਜਿੱਦੇ ਮਜ਼ੇਦਾਰ ਕਰੇਲੇ ਬਣਾਉਣ ਲੱਗੀ ਆ ਨਾ, ਆਏ ਹਾਏ ਹਾਏ ਹਾਏ, ਉਂਗਲੀਆਂ ਚੱਟਦੇ ਰਹਿ ਹੋਗੇ। ਤੇ ਆਪਾਂ ਮਾਸ਼ਾਅੱਲਾ ਦੇਖੋ ਇੰਨਾ ਪਿਆਜ਼ ਪਾਉਣਾ, ਚਿਕਨ ਪਾਉਣਾ, ਆ ਸਾਰੇ ਲਾਲ ਟਮਾਟਰ ਤੇ ਹਰੀਆਂ ਮਿਰਚਾਂ ਪਾਣੀਆਂ, ਤੇ ਇੰਨੇ ਮਜ਼ੇਦਾਰ ਕਰੇਲੇ ਬਣਾਉਣੇ ਹਨ, ਤੇ ਮੇਰੇ ਰਿਸ਼ਤੇਦਾਰ ਵੀ ਸੜਨਗੇ। ਲੈਂਦੀ ਹਾਂ ਨਾ ਥੋੜ੍ਹਾ ਜਿਹਾ ਚੁੱਲ੍ਹਾ।
ਇੱਕ ਦਫਾ ਬੋਲ। ਇੱਧਰ ਆਪਾਂ ਕੜਾਈ ਰੱਖ ਲਈ ਆ, ਇਹ ਚ ਆਪਾਂ ਕਰੇਲੇ ਇੱਕ ਦਫਾ ਫਰਾਈ ਕਰ ਲਈਏ, ਹੁਣ ਆਪਾਂ ਘਿਓ ਪਾ ਲਈਏ ਤੇ ਆ ਹਾਂਡੀ ਦੇ ਵਿੱਚ ਆਪਾਂ ਨਾ ਕਰ ਲਈਏ ਜੋ ਨਾ ਆਪਾਂ ਕਰੇਲਿਆਂ ਦੇ ਵਿੱਚ ਭਰਨਾ ਵਾ, ਥੋੜਾ ਜਿਹਾ ਆਪਾਂ ਸਿਰਫ ਘਿਓ ਪਾਉਣਾ ਹੈ। ਆ ਪਿਆਜ਼, ਪਿਆਜ਼ ਪਾਉਂਦੇ ਆਪਾਂ, ਕੋਈ ਲੋਕ ਕਰੇਲਿਆਂ ਨੂੰ ਨਹੀਂ ਵੀ ਫਰਾਈ ਕਰਦੇ, ਲੇਕਿਨ ਅਸੀਂ ਆਪਣੇ ਸਟਾਈਲ ਨਾਲ ਬਣਾਉਣੇ ਆ, ਅਸੀਂ ਫਰਾਈ ਕਰਨੇ ਆ। ਚਲੋ ਥੋੜਾ ਘਿਓ ਆਪਾਂ ਹੋਰ ਪਾ ਲੈਂਦੇ ਹਾਂ, ਫਰਾਈ ਹੁੰਦੇ ਨੇ ਲਾਈਟ ਕਰਨਾ ਵਾ ਹਲਕਾ ਜਿਹਾ, ਬਾਅਦ ਚ ਇਹ ਚ ਆਪਾਂ ਸਾਰੇ ਮਸਾਲੇ ਮਸੂਲੇ ਪਾਉਣੇ। ਉਹਨਾਂ ਚ ਕਰ ਆਪਾਂ ਲਾਲ ਟਮਾਟਰ ਤੇ ਹਰੀਆਂ ਮਿਰਚਾਂ ਕੱਟੀਏ। ਆ ਜੰਨਤ ਦੇਖੋ ਖਾ ਕੇ ਗਈ, ਜੰਨਤ ਹੀ ਨੀ ਛੱਡਦੀ ਕੋਈ ਚੀਜ਼। ਆਪਾਂ ਇਹਨੂੰ ਵੀ ਧੋ ਲਈਏ, ਮੈਂ ਨਾ ਆਪਣੇ ਬੂ ਜੀ ਦੀ ਤਬੀਅਤ ਦਾ ਪੁੱਛਣ ਜਾ ਆਪਣੇ ਬੂ ਜੀ ਦੀ ਤਬੀਅਤ ਦਾ ਪੁੱਛਣ ਜਾਣਾ ਸੀ। ਅਜੇ ਤੱਕ ਮੇਰੇ ਬੂ ਜੀ ਦੀ ਤਬੀਅਤ ਨਹੀਂ ਠੀਕ ਹੋਈ, ਆਪਰੇਸ਼ਨ ਤੇ ਸਹੀ ਹੈ ਲੇਕਿਨ ਜਿਹੜਾ ਉਹਨਾਂ ਦੇ ਚੂਲੇ ਦੇ ਉੱਤੇ ਸੱਟ ਲੱਗੀ ਹੋਈ ਹੈ ਨਾ, ਉਹ ਨਹੀਂ ਸਹੀ ਹੋਇਆ। ਤੁਸੀਂ ਦੁਆ ਕਰੋ ਕਿ ਮੇਰੇ ਬੂ ਜੀ ਨਾ ਚੱਲਣ ਫਿਰਨ ਲੱਗ ਜਾਣ, ਆ ਜੰਨਤ ਦਾ ਇੰਨਾ ਕੁ ਉਤਾਰ ਦਿੰਦੇ ਆ। ਵੇਸਟ ਨਹੀਂ ਨਾ ਕੋਈ ਵੀ ਚੀਜ਼ ਕਰਨੀ ਚਾਹੀਦੀ। ਹਾਂਜੀ ਦੇਖੋ ਗੋਲਡਨ ਹੋ ਗਿਆ ਨਾ ਇੱਕ ਸਾਈਡ, ਆ ਦੂਸਰੀ ਸਾਈਡ ਬਦਲ ਦਈਏ। ਕਰੇਲੇ ਆਪਣੇ ਫਰਾਈ ਹੋ ਗਿਆ, ਹੁਣ ਆਪਾਂ ਕੱਢ ਲਈਏ। ਜੰਨਤ ਨਹੀਂ ਬੇਟਾ, ਕਰੇਲੇ ਆਪਣੇ ਹੋ ਗਏ ਫਰਾਈ, ਜਿਹਨਾਂ ਪਿੱਛੇ ਹੋ ਗਿਆ ਗਮ ਹੈ ਇਹ। ਹੁਣ ਆਪਣਾ ਮਸਾਲਾ ਬਣ ਗਿਆ ਤੇ ਆਪਾਂ ਲਾਲ ਟਮਾਟਰ ਤੇ ਹਰੀ ਮਿਰਚ ਪਾ ਲੈਂਦੇ। ਕਾਲੀ ਮਿਰਚ, ਨਮਕ, ਜੀਰਾ, ਸੁੱਕਾ ਧਨੀਆ, ਲਾਲ ਮਿਰਚ ਤੇ ਪਾਉਂਦੇ ਹਾਂ ਹਲਦੀ। ਥੋੜਾ ਜਿਹਾ ਨਾ ਆਟਾ ਨਾ ਵੀ ਪਾ ਲਈਏ, ਜਨੇ ਜਰਾ ਦੋ ਚੀਜ਼ ਥੋੜਾ ਜਿਹਾ ਨਾ ਆਟਾ ਨਾ ਪਾ ਲਈਏ, ਥੋੜਾ ਜਿਹਾ ਗਰਮ ਮਸਾਲਾ, ਥੋੜੀ ਜਿਹੀ ਕਸੂਰੀ ਮੇਥੀ ਵੀ ਪਾਣੀ ਆਪਾਂ।
ਤੁਹਾਡੇ ਸਾਲਣ ਚੋਂ ਅਗਰ ਖੁਸ਼ਬੂ ਨਹੀਂ ਨਾ ਆਉਂਦੀ ਤੇ ਕਸੂਰੀ ਮੇਥੀ ਪਾਇਆ ਕਰੋ, ਉਹਦੀ ਬਹੁਤ ਜ਼ਿਆਦਾ ਖੁਸ਼ਬੂ ਆ, ਸੋਹਣੀ ਲੱਗਦੀ ਆ। ਵੈਸੇ ਵੀ ਅਸੀਂ ਧਨੀਆ ਨਹੀਂ, ਸਾਡੇ ਬੱਚੇ ਧਨੀਆ ਕੱਟ ਦਿੰਦੇ ਆ ਸਾਲਣ ਚ, ਤੇ ਅਸੀਂ ਥੋੜੀ ਜਿਹੀ ਮੇਥੀ ਪਾ ਦੀ ਦੀ ਆ। ਜੰਨਤ ਕਿਆ ਕਰ ਰਹੀ ਹੋ? ਕਿਆ ਕਿਆ ਅਸਮਾਨ ਨਾਲ ਦੇਖੋ ਕੰਮ ਕੀ ਕਰਦਾ। ਹੁਣ ਆਪਾਂ ਮਸਾਲਾ ਬਣਾ ਲਿਆ ਵਾ, ਇਹਨੂੰ ਨੀਚੇ ਉਤਾਰੀਏ। ਜਨੇ ਪਿੱਛੇ ਹੋਇਆ, ਆ ਚਿਕਨ ਪਾ ਲਈਏ। ਓਏ ਅਸ਼ਮਾਨ, ਉਹ ਤੇ ਮਟਰ ਪਏ ਵੀ ਲਿਆ ਕੇ ਫੜਾ, ਥੋੜੇ ਜਿੰਨੇ ਮਟਰ ਵੀ ਪਾ ਲਈਏ, ਜ਼ਰੂਰੀ ਨਹੀਂ ਹੈਗਾ ਤੁਸੀਂ ਕੀਮਾ ਪਾਓ। ਆ ਦੇਖੋ ਥੋੜੇ ਜਿੰਨੇ ਆਪਾਂ ਮਟਰ ਪਾ ਲਈਏ, ਜ਼ਰੂਰੀ ਤਾਂ ਨਹੀਂ ਹੈਗਾ ਤੁਹਾਡੇ ਕੋਲ ਕੀਮਾ ਹੀ ਹੋਵੇ ਜਾਂ ਚਿਕਨ ਹੀ ਹੋਵੇ, ਜੋ ਘਰ ਚ ਤੁਹਾਡੇ ਮੌਜੂਦ ਆ ਤੁਸੀਂ ਉਹ ਪਾ ਸਕਦੇ ਹੋ, ਕਰੇਲੇ ਭਰ ਕੇ ਪਾ ਸਕਦੇ ਹੋ। ਅਰਸ਼ਮਾਨ ਰਿਹਾ, ਆ ਘਿਓ ਫਰਿੱਜ ਚ ਰੱਖ ਕੇ ਤੇ ਮੈਨੂੰ ਮਾਚਿਸ ਫੜਾ, ਬਾਅਦ ਮੈਂ ਆਂਡਾ ਬਣਾਉਂਦੇ ਹਾਂ। ਹੁਣ ਆਪਾਂ ਕਰੇਲੇ ਭਰਨ ਲੱਗੇ ਹਾਂ। ਆ ਕਰੇਲਾ ਲਿਆ, ਮਸਾਲਾ ਚੈੱਕ ਕਰੋ, ਮਾਸ਼ਾਅੱਲਾ ਮਸਾਲਾ ਦੇਖੋ ਸਾਡਾ ਕਿੰਨਾ ਖੂਬਸੂਰਤ ਬਣਿਆ। ਆ ਦੇਖੋ ਰਿਹਾ, ਹਾਂਜੀ ਹਾਂਜੀ, ਇਹਨੂੰ ਇਸ ਤਰ੍ਹਾਂ ਬੰਦ ਕਰਨਾ ਆਪਾਂ। ਆ ਦੇਖੋ ਲੱਗ ਗਿਆ ਨਾ ਪਤਾ, ਗੌਰ ਨਾ ਦੇਖੀਓ। ਕੁੱਟ ਕੁੱਟ ਕੇ ਅਸੀਂ ਭਰਨਾ। ਆ ਦੇਖੋ ਆ ਸਾਡਾ ਇੱਕ ਹੋ ਗਿਆ। ਬਹੁਤ ਹੀ ਆਸਾਨ ਹੈ ਇਹ, ਕਿਹੜਾ ਵੀ ਮੁਸ਼ਕਲ ਕੰਮ ਆ। ਸਾਡੇ ਘਰ ਤੁਹਾਨੂੰ ਪਤਾ ਮਟਰ ਵੀ ਪਏ ਸੀਗੇ, ਚਿਕਨ ਵੀ ਸਾਡੇ ਪਿਆ ਸੀਗਾ, ਅਸੀਂ ਕਿਹਾ ਚਲੋ ਜਿਹੜੀਆਂ ਚੀਜ਼ਾਂ ਮੌਜੂਦ ਆ ਉਹੀ ਪਾ ਕੇ ਬਣਾ ਲੈਂਦੇ ਹਾਂ, ਜ਼ਰੂਰੀ ਤਾਂ ਨਹੀਂ। ਤੁਸੀਂ ਪਤਾ ਕਿ ਇਕੱਲੇ ਪਿਆਜ਼ ਦੇ ਵੀ ਬਣਾ ਸਕਦੇ ਹੋ, ਮੈਂ ਤੁਹਾਨੂੰ ਦੱਸਦੀ ਹਾਂ। ਪਿਆਜ਼ ਨੂੰ ਨਾ ਤੁਸੀਂ ਚੋਪਰ ਕਰਕੇ ਨਾ ਵਿੱਚ ਲਾਲ ਟਮਾਟਰ ਹਰੀ ਮਿਰਚ ਪਾ ਕੇ ਨਾ, ਤੇ ਤੁਸੀਂ ਉਹਦੇ ਵੀ ਬਣਾ ਸਕਦੇ ਹੋ ਕਰੇਲੇ। ਕਰੇਲੇ ਭਰ ਲਏ ਨੇ ਆਪਾਂ ਮਾਸ਼ਾਅੱਲਾ, ਆ ਦੇਖੋ ਕਿੰਨੇ ਅੱਛੇ। ਹੁਣ ਆਪਾਂ ਇਹਨੂੰ ਫਰਾਈ ਕਰ ਲਈਏ ਫੇਰ। ਇਹ ਬਾਕੀ ਮਸਾਲਾ ਜਿਹੜਾ ਆਪਾਂ ਬਾਅਦ ਚੋਂ ਪਾ ਲਾਂਗੇ, ਕਿਉਂਕਿ ਹਜੇ ਘਿਓ ਜ਼ਿਆਦਾ ਨਾ, ਤੇ ਫਿਰ ਘਿਓ ਕੱਢ ਕੇ ਮਸਾਲਾ ਵੀ ਵਿੱਚ ਪਾ ਲਾਂਗੇ। ਕੌੜਾ ਘਿਓ ਆ ਕਰੇਲੇ ਵਾਲਾ,
ਕਹਿੰਦਾ ਮੈਂ ਖੁਦ ਹੀ ਬਣਾਉਣਾ, ਬਣਾ ਲਾ ਫਿਰ ਖੁਦ ਹੀ, ਆਪਾਂ ਜੀ ਦੂਸਰੀ ਸਾਈਡ ਬਦਲ ਲੈਣੀ ਯਾਰ। ਸਾਰਾ ਖਰਾਬ ਖਰੂਬ ਕਰਕੇ ਤੇ ਮੈਂ ਮੈਨੂੰ ਕਹਿਣ ਲੱਗ ਗਿਆ ਹਰੀਆਂ ਮਿਰਚਾਂ ਫਰਿੱਜ ਚ ਰੱਖ ਲੈ, ਰੋਟੀ ਰੱਖ। ਚੱਲ ਜਾ ਲੈ ਜਾ, ਮੈਂ ਬਰਤਨ ਬੁਰਤਨ ਚੁੱਕ ਕੇ ਧੋ ਲਾ। ਕੱਲ ਤੂੰ ਖਾ ਲਿਓ। ਹਾਏ ਹਾਏ, ਏਦਾਂ ਦੀ ਬਦਤਮੀਜ਼ੀ ਨੀ ਲੋਕ ਪਸੰਦ ਕਰਦੇ। ਓਏ ਤੂੰ ਦੂਸਰਾ ਲੈ ਆ ਅੰਡਾ, ਤੈਨੂੰ ਮੈਂ ਦੇ ਦੂੰਗੀ, ਉਹਨੂੰ ਖਾ ਲੈਂਦੇ ਹੁਣ। ਅੰਡਾ ਅਰਸ਼ਮਾਨ ਨੂੰ ਬਣਾ ਕੇ ਦਿੱਤਾ ਤੇ ਖੋ ਕੇ ਉਹ ਲੈ ਗਿਆ ਹਸਾਂ। ਆ ਤਾਂ ਆਪਣਾ ਬਿਲਕੁਲ ਕਰੇਲਾ ਹੋ ਗਿਆ ਤਿਆਰ। ਦੇਖੋ ਇੰਨੀ ਮੈਂ ਘੁੱਟ ਕੇ ਬੰਦ ਕੀਤੇ ਸੀ, ਕਿਸੇ ਚ ਮਸਾਲਾ ਨੀ ਨਿਕਲਿਆ ਬਾਹਰ। ਤੁਸੀਂ ਵੀ ਇੰਨੀ ਘੁੱਟ ਕੇ ਬੰਦ ਕਰੀਓ, ਮੈਨੂੰ ਕਈ ਜਾਣ ਇੰਨਾ ਧਾਗਾ ਇੰਨਾ ਧਾਗਾ, ਮੈਨੂੰ ਪਤਾ ਸੀ ਮਸਾਲਾ ਨਿਕਲ ਜਾਂਦਾ ਸਾਰਾ, ਫਿਰ ਸੜਨਾ ਵਾ। ਆ ਦੇਖੋ ਚੈੱਕ ਕਰੋ, ਥੋੜਾ ਜਿੰਨਾ ਵੀ ਨੀ ਮਸਾਲਾ ਗਿਰਿਆ ਤੇ ਆਪਾਂ ਇਹਨੂੰ ਹੁਣ ਨੀਚੇ ਲਾਉਂਦੇ ਹਾਂ। ਹੁਣ ਆਪਾਂ ਦੇਖੋ ਜਿਹੜਾ ਮਸਾਲਾ ਸੀ ਨਾ ਇਹਦੇ ਵਿੱਚ ਪਾਵਾਂਗੇ ਘਿਓ, ਇਹਦੇ ਚ ਪਾ ਲੈਂਦੇ ਆ ਨਾ ਥੋੜਾ ਜਿੰਨਾ ਘਿਓ ਪਾਉਂਦੇ ਆ, ਜ਼ਿਆਦਾ ਨੀ ਪਾਉਣਾ। ਮੈਨੂੰ ਆਪਾਂ ਰੱਖ ਲੈਂਦੇ ਹਾਂ ਚੁੱਲ੍ਹੇ ਤੇ। ਆ ਦੇਖੋ ਮਾਸ਼ਾਅੱਲਾ ਆਪਣੇ ਕਰੇਲੇ ਕਿੰਨੇ ਅੱਛੇ ਤੇ ਕਿੰਨੇ ਪਿਆਰੇ ਤਿਆਰ ਹੋ ਗਏ ਨੇ, ਤੇ ਹੁਣ ਆਪਾਂ ਹੌਲੀ ਹੌਲੀ ਅੱਛੀ ਹਾਂਡੀ ਛੋਟੀ ਆਪਣੀ, ਲੇਕਿਨ ਚਲੋ ਕੋਈ ਗੱਲ ਨੀ, ਹੁਣੀ ਤਾਂ ਆਪਾਂ ਕੱਢ ਕੇ ਖਾ ਲੈਣੇ। ਚਲੋ ਇਹ ਸੀ ਸਾਡਾ ਅੱਜ ਦਾ ਵਲੋਗ, ਉਮੀਦ ਕਰਦੇ ਹਾਂ ਤੁਹਾਨੂੰ ਅੱਛਾ ਲੱਗਿਆ ਹੋਗਾ। ਸ਼ਾਮ ਦੀ ਸਾਡੀ ਰੂਟੀਨ ਸੀ ਭਰ ਕੇ ਕਰੇਲੇ, ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੋਗ ਅੱਛਾ ਲੱਗਿਆ ਹੋਗਾ। ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਕਰਿਓ। ਅੱਲਾ ਹਾਫਿਜ਼। ਤੇ ਹੁਣ ਮੈਂ ਕਰੇਲੇ ਕੱਢਦੀ ਹਾਂ ਆਪਣੇ ਤਾਂ, ਤੇ ਹੁਣ ਗੰਦੀ ਹਾਂ।